ਅਸਲਾਮ ਅਲੈਕਮ ਦੋਸਤੋ, ਸਵਾਗਤ ਹੈ ਤੁਹਾਡਾ ਫਕੀਰ ਰੰਗ ਚੈਨਲ ਦੇ ਵਿੱਚ। ਮੈਂ ਸਰਵ ਹਾਜ਼ਰ ਹਾਂ ਜੀ ਇੱਕ ਨਵਾਂ ਕਿੱਸਾ ਲੈ ਕੇ, ਜੋ ਅੱਜ ਦਾ ਕਿੱਸਾ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਲੱਗੇ ਹਾਂ ਜੀ। ਇਹ ਹਜ਼ਰਤ ਬਹਿਲੋਲ ਦਾਨਾ ਰਹਿਮਤੁੱਲਾਹ ਅਲੈਹ ਦੇ ਜੀਵਨ ਦੇ ਨਾਲ ਸੰਬੰਧਿਤ ਹੈ ਜੀ। ਅੱਜ ਦੀ ਗੁਫ਼ਤਗੂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਉਹ ਸਾਰੇ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆਪਣੀ ਪੂਰੀ ਟੀਮ ਦੇ ਵੱਲੋਂ, ਜਿਨ੍ਹਾਂ ਨੇ ਸਾਨੂੰ ਬਹੁਤ ਕਮੈਂਟ ਕਰਕੇ, ਲਾਈਕ ਦੇ ਕੇ ਜਾਂ ਵੀਡੀਓ ਨੂੰ ਸ਼ੇਅਰ ਕਰਕੇ ਸਾਡਾ ਹੌਸਲੇ ਨੂੰ ਵਧਾਇਆ। ਤੋ ਆਪਣਾ ਚੈਨਲ ਹੈ ਜੋ ਬਹੁਤ ਵਧੀਆ ਤੁਹਾਡੀ ਰਹਿਮਤ ਸਦਕਾ ਗਰੋ ਕਰ ਰਿਹਾ। ਆਪਣੇ ਬਹੁਤ ਸਾਰੇ ਦੋਸਤ ਜੁੜ ਰਹੇ ਨੇ, 11ਵੇਂ ਸ਼ਰੀਫ ਦਾ ਖਤਮ ਦਵਾਉਂਦੇ ਨੇ ਬਹੁਤ ਸਾਰੇ ਦੋਸਤ ਇਕੱਠੇ ਹੋ ਕੇ। ਤੋ ਇੱਕ ਵੱਖਰਾ ਹੀ ਨਜ਼ਾਰਾ, ਉਹ ਇੱਕ ਵੱਖਰੀ ਹੀ ਰਹਿਮਤ ਦਾ ਨੂਰ ਮਿਲਦਾ ਹੈ। ਤੋ ਇੱਕ ਮੇਰੇ ਦੋਸਤ ਨੇ ਮੈਨੂੰ ਕਮੈਂਟ ਕੀਤਾ, ਕਹਿੰਦਾ ਕਿ ਤੁਹਾਡੇ ਵੱਲੋਂ ਦੱਸੀ ਗਈ 11ਵੇਂ ਸ਼ਰੀਫ ਮਨਾਉਣ ਦੇ ਲਈ ਸਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਚਾਅ ਸੀ ਕਿ ਜਿੱਦਾਂ ਕੋਈ ਵਿਆਹ ਰੱਖਿਆ ਗਿਆ ਹੋਵੇ। ਤੋ ਹੋਰ ਕੀ ਚਾਹੀਦਾ। ਤੋ ਐਸੇ ਜਦੋਂ ਤੁਸੀਂ ਦਿਲ ਦੇ ਨਾਲ ਮਨ ਨੂੰ ਪੂਰਾ ਉਸ ਅੱਲਾ ਦੇ ਵਲੀ ਦੇ ਚਰਨਾਂ ਦੇ ਵਿੱਚ ਲਾ ਕੇ ਉਸ ਦੀ 11ਵੀਂ ਸ਼ਰੀਫ ਦਾ ਖਤਮਾ ਦਵਾਓ, ਤੋ ਇਹ ਦੁਨਿਆਵੀ ਚੀਜ਼ਾਂ ਤੋਂ ਮਿੰਟੋ ਮਿੰਟੀ ਦਾ ਹੱਲ ਹੈ। ਉਹ ਮਸਲੇ ਵੀ ਹੱਲ ਕਰ ਦਿੰਦਾ ਜਿਹੜੇ ਰੱਦ ਹੋਏ ਹੋਣ ਕਿ ਇਹ ਨਹੀਂ ਹੱਲ ਹੋ ਸਕਦਾ। ਤੋ ਉਹਦੇ ਘਰ ਵਿੱਚ ਸਿਰਫ ਇੱਕ ਫਰਿਆਦ ਕਰਨ ਦਾ ਤਰੀਕਾ ਆਉਣਾ ਚਾਹੀਦਾ ਹੈ, ਉਹ ਤਾਂ ਦੇਣ ਨੂੰ ਤਿਆਰ ਹੈ, ਆਪਾਂ ਨੂੰ ਲੈਣਾ ਨਹੀਂ ਆਉਂਦਾ। ਤੋ ਆਓ ਅੱਜ ਦੇ ਕਿੱਸੇ ਵੱਲ ਚੱਲਦੇ ਹਾਂ। ਕਹਿੰਦੇ ਨੇ ਇੱਕ ਰਾਜਾ ਅਤੇ ਇੱਕ ਰਾਣੀ ਸਵੇਰ ਦਾ ਵਕਤ ਘਰ ਤੋਂ ਸੈਰ ਕਰਨ ਦੇ ਲਈ ਨਿਕਲੇ। ਰਾਜਾ ਅੱਗੇ ਅੱਗੇ ਜਾ ਰਿਹਾ, ਰਾਣੀ ਪਿੱਛੇ ਪਿੱਛੇ ਜਾ ਰਹੀ ਹੈ। ਤੋ ਰਸਤੇ ਦੇ ਵਿੱਚ ਇੱਕ ਫਕੀਰ ਬਹਿਲੋਲ ਬੈਠਾ ਰੇਤ ਦੇ ਘਰ ਬਣਾ ਰਿਹਾ। ਰਾਜਾ ਅੱਗੇ ਜਾ ਰਿਹਾ, ਉਹ ਫਕੀਰ ਦੇ ਕੋਲ ਦੀ ਲੰਘ ਕੇ ਅੱਗੇ ਚਲਾ ਗਿਆ। ਉਸਨੇ ਕੋਈ ਧਿਆਨ ਨਹੀਂ ਦਿੱਤਾ ਕਿ ਇਹ ਫਕੀਰ ਕੀ ਕਰ ਰਿਹਾ। ਮਗਰ ਰਾਣੀ ਆ ਰਹੀ ਹੈ। ਰਾਣੀ ਆ ਕੇ ਉਸ ਫਕੀਰ ਕੋਲ ਰੁਕ ਗਈ। ਜੋ ਰਾਣੀ ਸੀ ਉਹ ਅੱਲਾਹ ਤਾਲਾ ਨੂੰ ਮੰਨਣ ਵਾਲੀ ਰੂਹ ਸੀ। ਉਸਨੇ ਉਸ ਰੂਹ ਦੇ ਵਿੱਚ ਉਸ ਫਕੀਰ ਦੇ ਵਿੱਚ ਇੱਕ ਨਜ਼ਾਰਾ ਦੇਖਿਆ ਅਤੇ ਉਸਨੂੰ ਬੁਲਾ ਲਿਆ। ਬੋਲੇ, ਬਹਿਲੋਲ ਕਿਆ ਕਰ ਰਹੇ ਹੋ? ਬਹਿਲੋਲ ਦਾਨਾ ਨੇ ਜਵਾਬ ਦਿੱਤਾ, ਘਰ ਬਣਾ ਰਹਾ ਹੂੰ। ਤਾਂ ਫਿਰ ਰਾਣੀ ਬੋਲਦੀ ਹੈ, ਕਿਹੜੇ ਘਰ, ਕੌਣ ਸੇ ਘਰ ਬਣਾ ਰਹੇ ਹੋ ਆਪ? ਅਤੇ ਬਹਿਲੋਲ ਨੇ ਜਵਾਬ ਦਿੱਤਾ ਕਿ ਜੰਨਤ ਕੇ ਘਰ। ਰਾਣੀ ਨੇ ਫਿਰ ਉਹਨਾਂ ਨੂੰ ਪੁੱਛਿਆ, ਵੇਚੋਗੇ? ਬਹਿਲੋਲ ਫਕੀਰ ਜਵਾਬ ਦਿੰਦਾ, ਹਾਂ ਜੀ ਵੇਚੂੰਗਾ। ਰਾਣੀ ਪੁੱਛਦੀ ਹੈ, ਕਿਤਨੇ ਕੇ? ਬਹਿਲੋਲ ਫਕੀਰ ਜਵਾਬ ਦਿੰਦਾ ਕਿ 4 ਦਿਨਾਰ ਕੇ। ਤੋ ਰਾਣੀ ਕਹਿੰਦੀ, ਠੀਕ ਹੈ, ਮੁਝੇ ਇੱਕ ਘਰ ਚਾਹੀਏ। ਬਹਿਲੋਲ ਕੀ ਕਰਦਾ, ਇੱਕ ਘਰ ਚੱਕਦਾ, ਰਾਣੀ ਦੇ ਹੱਥਾਂ 'ਤੇ ਰੱਖ ਦਿੰਦਾ ਅਤੇ ਉੱਤੋਂ 4 ਦਿਨਾਰ ਲੈ ਲੈਂਦਾ। ਰਾਣੀ ਖੁਸ਼ ਹੋ ਕੇ ਅੱਗੇ ਚਲੇ ਜਾਂਦੀ ਹੈ। ਬਹਿਲੋਲ ਆਪਣੇ ਕੰਮ ਦੇ ਵਿੱਚ ਲੱਗਾ, ਆਪਣਾ ਕੰਮ ਕਰ ਰਿਹਾ। ਜਦੋਂ ਰਾਣੀ ਅੱਗੇ ਜਾਂਦੀ ਅਤੇ ਰਾਜੇ ਦੇ ਨਾਲ ਰਲਦੀ ਹੈ ਅਤੇ ਰਾਜਾ ਕਹਿੰਦਾ, ਇਹ ਕੀ ਲਿਆਂਦਾ? ਅਤੇ ਕਹਿੰਦੇ, ਤੁਸੀਂ ਅੱਗੇ ਲੰਘ ਕੇ ਆਏ, ਤੁਸੀਂ ਦੇਖਿਆ ਨਹੀਂ, ਰਸਤੇ ਦੇ ਵਿੱਚ ਇੱਕ ਫਕੀਰ ਬੈਠਾ ਸੀ ਬਹਿਲੋਲ, ਉਹ ਘਰ ਬਣਾ ਰਿਹਾ ਸੀ ਅਤੇ ਇਹ ਮੈਨੂੰ ਘਰ ਬਹੁਤ ਸੋਹਣੇ ਲੱਗੇ ਅਤੇ ਮੈਂ ਉਹਨੂੰ ਪੁੱਛਿਆ ਇਹ ਘਰ ਕਾਹਦੇ ਨੇ? ਉਹ ਕਹਿੰਦਾ ਜੰਨਤ ਦੇ ਘਰ ਆ। ਅਤੇ ਮੈਂ ਕਿਹਾ ਵੇਚਣੇ ਆ? ਉਹ ਕਹਿੰਦਾ ਹਾਂ ਵੇਚਣੇ ਆ। ਮੈਂ ਕਿਹਾ ਇੱਕ ਮੈਨੂੰ ਦੇ ਦਿਓ। ਉਹ ਕਹਿੰਦਾ ਵੀ 4 ਦਿਨਾਰ ਦੀ ਕੀਮਤ ਹੈ। ਮੈਂ ਉਹਨੂੰ 4 ਦਿਨਾਰ ਦਿੱਤੇ ਅਤੇ ਇੱਕ ਘਰ ਲੈ ਕੇ ਆ ਗਿਆ। ਰਾਜਾ ਦੇਖਦਾ ਕਹਿੰਦਾ, ਰਾਣੀਏ ਤੈਨੂੰ ਅਕਲ ਹੈ ਨਹੀਂ, ਤੂੰ 4 ਦਿਨਾਰ ਦੀ ਮਿੱਟੀ ਲੈ ਆਉਂਦੀ, ਪਰ ਇਹਦੇ ਵਿੱਚ ਤੈਨੂੰ ਕੀ ਫਾਇਦਾ? ਘਰ ਜਾ ਕੇ ਰੱਖਣੀ ਹੈ, ਟੁੱਟ ਜਾਣੀ ਹੈ, ਚੂਰਾ ਚੂਰਾ ਹੋ ਜਾਣੀ ਹੈ, ਰੇਤੇ ਦੇ ਘਰ ਕਦੇ ਟਿਕਦੇ ਨਹੀਂ, ਤੂੰ ਕਮਲੀਏ 4 ਦਿਨਾਰ ਖਰਾਬ ਕਰੇਂਗੇ। ਤੋ ਰਾਣੀ ਕਹਿੰਦੀ, ਕੋਈ ਗੱਲ ਨਹੀਂ, ਮੇਰਾ ਦਿਲ ਕੀਤਾ, ਮੈਨੂੰ ਚੰਗੇ ਲੱਗੇ, ਮੈਂ ਲੈ ਲਿਆ। ਤੋ ਜਦੋਂ ਇੰਨੀ ਗੱਲ ਹੋਈ ਤਾਂ ਰਾਜਾ ਵੀ ਘਰ ਪਹੁੰਚ ਗਿਆ, ਰਾਣੀ ਵੀ ਘਰ ਪਹੁੰਚ ਗਈ ਅਤੇ ਰਾਜਾ ਆਪਣੇ ਮਹਿਲਾਂ ਦੇ ਵਿੱਚ ਗਿਆ। ਬੇਚੈਨੀ ਜੀ ਵੱਧ ਗਈ ਕਿ ਰਾਣੀ ਨੇ ਅੱਜ 4 ਦਿਨਾਰ ਬਿਨਾਂ ਗੱਲ ਤੋਂ ਖਰਾਬ ਕਰਤੇ। ਰਾਜਾ ਸਾਰਾ ਦਿਨ ਲੰਘਿਆ, ਜਦੋਂ ਸ਼ਾਮ ਦਾ ਵਕਤ ਹੋਇਆ ਤਾਂ ਰਾਜੇ ਨੇ ਕੀ ਕੀਤਾ ਕਿ ਉਸ ਫਕੀਰ ਦੇ ਬਾਰੇ ਜਦੋਂ ਸੋਚਿਆ, ਸੋਚ ਕੇ ਬੈੱਡ ਦੇ ਉੱਤੇ ਪੈ ਗਿਆ। ਜਦੋਂ ਰਾਤ ਹੋਈ, ਸੁਪਨੇ ਦੇ ਵਿੱਚ ਕੀ ਹੋਇਆ ਕਿ ਰਾਜਾ ਘੁੰਮ ਰਿਹਾ, ਆਲੇ ਦੁਆਲੇ ਚਾਰੇ ਪਾਸੇ ਘਰ ਹੀ ਘਰ ਬਣੇ ਨੇ, ਘਰ ਹੀ ਘਰ ਬਣੇ ਨੇ। ਕੋਈ ਹਰਾ ਘਰ, ਕੋਈ ਸੁਨਹਿਰੀ ਘਰ, ਕੋਈ ਲਾਲ ਰੰਗ ਦਾ ਘਰ, ਕੋਈ ਪੀਲੇ ਰੰਗ ਦਾ ਘਰ, ਕੋਈ ਚਿੱਟੇ ਰੰਗ ਦਾ ਘਰ,
ਤੇ ਰਾਜਾ ਜਦੋਂ ਸਾਰੇ ਘਰਾਂ ਨੂੰ ਦੇਖਦਾ ਇੱਕ ਘਰ ਦੇ ਮੋਹਰ ਦੀ ਲੰਘਣ ਲੱਗਾ ਉਹ ਨਜ਼ਾਰਾ ਦੇਖਦਾ ਉੱਤੇ ਉਹਦੀ ਰਾਣੀ ਦਾ ਨਾਮ ਲਿਖਿਆ ਜਦੋਂ ਰਾਜਾ ਅੰਦਰ ਵੜਨ ਲੱਗਦਾ ਤੇ ਉੱਥੇ ਖੜਾ ਪਹਿਰੇਦਾਰ ਬਾਂਹ ਫੜ ਲੈਂਦਾ ਕਹਿੰਦਾ ਰਾਜਾ ਤੂੰ ਇਸ ਘਰ ਦੇ ਅੰਦਰ ਨਹੀਂ ਜਾ ਸਕਦਾ ਉਹ ਕਹਿੰਦਾ ਮੈਂ ਅੰਦਰ ਕਿਉਂ ਨਹੀਂ ਜਾ ਸਕਦਾ ਉੱਪਰ ਮੇਰੀ ਰਾਣੀ ਦਾ ਨਾਂ ਲਿਖਿਆ ਹੈ ਮੇਰੀ ਘਰਵਾਲੀ ਮੇਰੀ ਪਤਨੀ ਦਾ ਨਾਮ ਲਿਖਿਆ ਹੈ ਤੋ ਉਹ ਜੋ ਪਹਿਰੇਦਾਰ ਸੀ ਉਹ ਕਹਿੰਦਾ ਨਹੀਂ ਰਾਜਾ ਇਹ ਤੇਰੀ ਘਰਵਾਲੀ ਹੀ ਅੰਦਰ ਜਾ ਸਕਦੀ ਹੈ ਤੇਰੀ ਪਤਨੀ ਉਹ ਰਾਣੀ ਹੀ ਅੰਦਰ ਜਾ ਸਕਦੀ ਤੂੰ ਅੰਦਰ ਨਹੀਂ ਜਾ ਸਕਦਾ ਇਹ ਬਹਿਸ ਉਹਨਾਂ ਦੀ ਚੱਲ ਰਹੀ ਹੈ ਉੱਥੇ ਸੁਪਨੇ ਦੇ ਵਿੱਚ ਰਾਜਾ ਸਭ ਕੁਝ ਦੇਖ ਰਿਹਾ ਹਕੀਕਤ ਨੂੰ ਅਤੇ ਇੰਨੇ 'ਚ ਅੱਖ ਖੁੱਲ੍ਹ ਜਾਂਦੀ ਹੈ ਜਦੋਂ ਅੱਖ ਖੁੱਲ੍ਹ ਜਾਂਦੀ ਹੈ ਤੋ ਸਵੇਰ ਦਾ ਵਕਤ ਹੋ ਗਿਆ ਜਦੋਂ ਸਵੇਰ ਦਾ ਵਕਤ ਹੋ ਗਿਆ ਕਿ ਰਾਜਾ ਜੋ ਮਹਿਲ ਦੇ ਵਿੱਚ ਨੌਕਰ ਚਾਕਰ ਸਾਰੇ ਆਪਣੇ ਆਪਣੇ ਕੰਮ ਲੱਗੇ ਸਾਰਿਆਂ ਨੂੰ ਭੇਜਤਾ ਕਹਿੰਦਾ ਜਾਓ ਅੱਜ ਛੁੱਟੀ ਹੈ ਕਿਸੇ ਨੇ ਇੱਥੇ ਨਹੀਂ ਰਹਿਣਾ ਸਾਰੇ ਬਾਹਰ ਚਲ ਗਏ ਅਤੇ ਰਾਜਾ ਕੀ ਕਰਦਾ ਰਾਣੀ ਨੂੰ ਬੁਲਾਉਂਦਾ ਕਹਿੰਦਾ ਰਾਣੀ ਕਿਹੜੇ ਪਾਸੇ ਦੀ ਤੂੰ ਆਈ ਸੀ ਮੇਰੇ ਮਰ ਉਹ ਫਕੀਰ ਕਿੱਥੇ ਦੇਖਿਆ ਸੀ ਰਾਣੀ ਦੱਸਦੀ ਕਿ ਉਸ ਥਾਂ 'ਤੇ ਉਹ ਫਕੀਰ ਸੀ ਅਤੇ ਰਾਜਾ ਕੀ ਕਰਦਾ ਕੰਬਲੀ ਦੀ ਬੁੱਕਲ ਮਾਰਦਾ ਦੁਨੀਆਦਾਰੀ ਤੋਂ ਵੱਜਦਾ ਹੋਇਆ ਰੱਬ ਦੇ ਅੱਗੇ ਫਰਿਆਦ ਕਰਦਾ ਜਾਂਦਾ ਕਿ ਹੇ ਅੱਲਾਹ ਹੇ ਮੌਲਾ ਮੈਂ ਉਸ ਹਜ਼ਰਤ ਬਹਿਲੋਲ ਫਕੀਰ ਨੂੰ ਮਿਲਣਾ ਅਤੇ ਐਸਾ ਕਰਮ ਕਰਦੇ ਕਿ ਉਹ ਉੱਥੇ ਹੀ ਬੈਠਾ ਹੋਵੇ ਜਿੱਥੇ ਰਾਣੀ ਨੂੰ ਮਿਲਿਆ ਸੀ ਅਤੇ ਬਹਿਲੋਲ ਉਸੇ ਕੰਮ ਦੇ ਵਿੱਚ ਲੱਗਾ ਉਸੇ ਥਾਂ ਦੇ ਉੱਪਰ ਬੈਠਾ ਤੋ ਰਾਜਾ ਉਹਦੇ ਕੋਲ ਪਹੁੰਚ ਗਿਆ ਰਾਜੇ ਨੇ ਵੀ ਉਹੀ ਜਾ ਕੇ ਸਵਾਲ ਕੀਤਾ ਕਹਿੰਦਾ ਬਹਿਲੋਲ ਕਿਆ ਕਰ ਰਹੇ ਹੋ ਬਹਿਲੋਲ ਕਹਿੰਦਾ ਜੰਨਤ ਦੇ ਘਰ ਬਣਾ ਰਹਾ ਹਾਂ ਰਾਜਾ ਕਹਿੰਦਾ ਵੇਚੋਗੇ ਕਹਿੰਦਾ ਹਾਂ ਵੇਚੂੰਗਾ ਕਿਤਨੇ ਕੇ ਹੁਣ ਸਵਾਲ ਰਾਜੇ ਨੇ ਉਹੀ ਕੀਤੇ ਜੋ ਰਾਣੀ ਨੇ ਕੀਤੇ ਪਰ ਜਵਾਬ 'ਚ ਫਰਕ ਪੈ ਗਿਆ ਬਹਿਲੋਲ ਫਕੀਰ ਕੀ ਕਹਿੰਦੇ ਕਹਿੰਦੇ ਰਾਜਾ ਕਹਿੰਦਾ ਵੇਚੋਗੇ ਕਹਿੰਦੇ ਹਾਂ ਵੇਚੂੰਗਾ ਕਿਤਨੇ ਕੇ ਤੋ ਰਾਣੀ ਨੂੰ ਕਿਹਾ ਸੀ 4 ਦਿਨਾਰ ਅਤੇ ਰਾਜੇ ਨੂੰ ਕਿਹਾ ਕਿ ਪੂਰੀ ਦੁਨੀਆ ਦੀ ਬਾਦਸ਼ਾਹੀ ਦੇ ਦੇ ਅਤੇ ਕਰ ਲੈ ਜਾ ਰਾਜਾ ਹੈਰਾਨ ਪਰੇਸ਼ਾਨ ਹੋ ਗਿਆ ਕਹਿੰਦਾ ਕਿ ਮੈਂ ਸੁਣਿਆ ਸੀ ਕਿ ਜੋ ਰੱਬ ਦੇ ਬਲੀ ਹੋਇਆ ਕਰਦੇ ਨੇ ਅੱਲਾਹ ਦੇ ਬਲੀ ਉਹ ਕਦੇ ਝੂਠ ਨਹੀਂ ਬੋਲਦੇ ਤੂੰ ਤਾਂ ਅੱਜ ਹੀ ਮੁੱਕਰ ਗਿਆ ਕੱਲ੍ਹ ਮੇਰੀ ਰਾਣੀ ਇੱਥੋਂ ਲੰਘ ਕੇ ਗਈ ਅਤੇ ਉਹਨੂੰ ਤੂੰ ਇੱਕ ਜੰਨਤ ਦਾ ਘਰ ਦਿੱਤਾ ਅਤੇ ਉਦੋਂ ਤੂੰ ਕਿਹਾ ਕਿ ਇਹ 4 ਦਿਨਾਰ ਦਾ ਰਾਣੀ ਲੈ ਜਾ ਉਹ 4 ਦਿਨਾਰ ਦਾ ਲੈ ਕੇ ਗਈ ਪਰ ਹੁਣ ਮੈਂ ਅੱਜ ਲੈਣ ਆਇਆ ਅਤੇ ਇਹ ਪੂਰੀ ਦੁਨੀਆ ਦੀ ਬਾਦਸ਼ਾਹੀ ਦਾ ਘਰ ਕਿੱਦਾਂ ਹੋ ਗਿਆ ਤੋ ਬਹਿਲੋਲ ਦਾ ਨਾ ਹੱਸ ਪਿਆ ਅਤੇ ਕਹਿਣ ਲੱਗੇ ਰਾਜਾ ਦੇਖੀ ਹੋਈ ਚੀਜ਼ ਦਾ ਮੁੱਲ ਹੋਰ ਹੁੰਦਾ ਹੈ ਅਤੇ ਬਿਨਾਂ ਦੇਖੀ ਹੋਈ ਚੀਜ਼ ਦਾ ਮੁੱਲ ਹੋਰ ਹੁੰਦਾ ਹੈ ਹੁਣ ਤੂੰ ਦੇਖ ਆਇਆ ਜਾ ਕੇ ਕਿ ਜੰਨਤ ਦੇ ਘਰ ਕਿੱਦਾਂ ਦੇ ਆ ਇਸ ਲਈ ਤੂੰ ਦੁਨੀਆ ਤੋਂ ਬਚਦਾ ਹੋਇਆ ਕੰਬਲੀ ਦਾ ਬੁੱਕਲ ਮਾਰ ਕੇ ਸਾਡੇ ਕੋਲ ਉਹ ਘਰ ਲੈਣ ਆ ਗਿਆ ਇਹ ਅੱਜ ਇਹਦੀ ਕੀਮਤ ਹੋਰ ਹੈ ਉਸ ਵਕਤ ਤੇਰੀ ਰਾਣੀ ਨੇ ਘਰ ਪਸੰਦ ਕੀਤਾ ਸੀ ਉਹਨੇ ਦੇਖਿਆ ਨਹੀਂ ਸੀ ਇਹ ਕਾਹਦਾ ਘਰ ਹੈ ਉਸ ਵਕਤ ਉਹਦੀ ਕੀਮਤ ਹੋਰ ਸੀ ਸੋ ਇਹ ਅੱਜ ਦੀ ਜੋ ਸਾਖੀ ਕਹਿ ਲਓ ਕਿੱਸਾ ਕਹਿ ਲਓ ਇਹਦੇ ਵਿੱਚ ਬਹੁਤ ਵੱਡੀ ਗੱਲ ਬਹੁਤ ਵੱਡਾ ਰਾਜ ਛੁਪਿਆ ਹੋਇਆ ਹੈ ਕਿ ਜਦੋਂ ਆਪਾਂ ਕਿਸੇ ਫਕੀਰ ਨੂੰ ਜਾਂ ਕਿਸੇ ਗੁਰੂ ਪੀਰ ਨੂੰ ਇਹ ਕਹਿ ਕੇ ਮੰਨਦੇ ਹਾਂ ਕਿ ਉਸ ਨੂੰ ਬਹੁਤ ਕੁਛ ਦਿੱਤਾ ਮੈਨੂੰ ਵੀ ਦੇਵੇਗਾ ਤਾਂ ਉੱਥੇ ਫਿਰ ਕੁਝ ਨਹੀਂ ਮਿਲੇਗਾ ਜਦੋਂ ਇੱਛਾ ਪੈਦਾ ਹੋ ਗਈ ਅੰਦਰ ਮੰਨਣ ਤੋਂ ਪਹਿਲਾਂ ਕਿ ਜੇ ਮੈਂ ਮੰਨਾਂਗਾ ਤਾਂ ਮੈਨੂੰ ਆਹ ਕੁਝ ਮਿਲੇਗਾ ਤਾਂ ਫਿਰ ਕੁਝ ਨਹੀਂ ਮਿਲੇਗਾ ਇੱਛਾ ਬਿਨਾਂ ਇੱਛਾ ਤੋਂ ਉਸ ਫਕੀਰ ਉਸ ਅੱਲਾਹ ਦੇ ਵਲੀਆਂ ਨੂੰ ਉਸ ਅੱਲਾਹ ਤਾਲਾ ਨੂੰ ਉਸ ਰੱਬ ਦੀ ਇਬਾਦਤ ਨੂੰ ਕਰੋ ਇੱਛਾ ਉਹ ਸਾਰੀ ਪੂਰੀ ਆਪ ਹੀ ਕਰ ਗਿਆ ਕਿਉਂਕਿ ਉਹ ਸਭ ਕੁਝ ਜਾਣਦਾ ਹੈ ਬਿਨਾਂ ਮੰਗਣ ਤੋਂ ਦੇ ਦਿੰਦਾ ਉਹਨੂੰ ਪਤਾ ਹੈ ਕਿ ਮੇਰੇ ਬੱਚਿਆਂ ਨੂੰ ਕੀ ਲੋੜ ਹੈ ਕਿਹੜੀ ਚੀਜ਼ ਇਹਨਾਂ ਨੂੰ ਹੁਣ ਚਾਹੀਦੀ ਹੈ ਸਿਰਫ ਇੱਕ ਚੀਜ਼ ਦੀ ਉਹ ਮੰਗ ਕਰਦਾ ਹੈ ਕਿ ਇਬਾਦਤ ਕਰ ਰੱਬ ਦੀ ਰਜ਼ਾ ਦੇ ਵਿੱਚ ਰਹਿ ਕੇ ਇਬਾਦਤ ਕਰੋ ਕਿਉਂਕਿ ਕਹਿੰਦੇ ਨੇ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ੍ਹ ਬਣਦੀ ਹੈ ਤੋ ਬਣਦੀ ਸਭ ਦੀ ਹੈ ਜਿਹੜਾ ਸਬਰ ਕਰ ਗਿਆ ਉਹਦੀ ਫਿਰ ਉਹ ਖਬਰ ਲੈ ਲੈਂਦਾ ਜਿਹੜਾ ਇੱਛਾ ਰੱਖਦਾ ਕਿ ਅੱਜ ਮੈਂ ਮੰਨਦਾ ਕਿ ਮੇਰਾ ਇਹ ਕੰਮ ਨਹੀਂ ਹੋਇਆ ਬਹੁਤ ਸਾਰੇ ਦੋਸਤ ਇੱਦਾਂ ਦੇ ਹੋਣਗੇ ਕੋਈ ਕਹਿੰਦਾ ਕਿ ਮੈਂ 40 ਦਿਨ ਮੰਨਿਆ ਮੈਂ 41 ਦਿਨ ਮੰਨਿਆ ਕੋਈ ਕਹਿੰਦਾ ਮੈਂ 21 ਦਿਨ ਦੀ ਸੇਵਾ ਕੀਤੀ 11 ਦਿਨ ਦੀ ਸੇਵਾ ਕੀਤੀ ਨਹੀਂ 21 40 41 11 ਦੇ ਵਿੱਚ ਨਹੀਂ ਮਿਲਦਾ ਉਹ ਤਾਂ ਸਦਾ ਮਨ ਦੇ ਵਿੱਚ
ਉਹਦੇ ਇਸ਼ਕ ਨੂੰ ਪੈਦਾ ਕਰਕੇ ਅੱਲਾ ਹੀ ਅੱਲਾ ਬੋਲੀ ਜਾਓ, ਉਹ ਫਿਰ ਮਿਲਦਾ। ਉਹ ਇਸ਼ਕ ਦੇਖਦਾ, ਉਹ ਟਾਈਮ ਨਹੀਂ ਕਾਊਂਟ ਕਰਦਾ, ਉਹ ਤਸਵੀਆਂ ਫੇਰੀਆਂ ਕਾਊਂਟ ਨਹੀਂ ਕਰਦਾ ਵੀ ਇੰਨੀ ਵਾਰੀ ਪੜ੍ਹ ਲਿਆ, ਇੰਨੀ ਵਾਰੀ ਪੜ੍ਹ ਲਿਆ। ਉਹ ਸਿਰਫ ਇਹ ਦੇਖਦਾ ਕਿ ਇਹਨੇ ਪੜ੍ਹਿਆ ਕਿੱਥੋਂ ਆ, ਜ਼ੁਬਾਨ ਤੋਂ ਜਾਂ ਦਿਲ ਤੋਂ। ਸੋ ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗੇ ਇੱਕ ਨਵੇਂ ਕਿੱਸੇ ਦੇ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।